ਵਾਈ ਸੋ ਤੇਰੀ ਨੂੰ ਬਈ ਨਾਦੀ ਯਾ ਐਕਸਲੈਂਟ ਓਕੇ ਆਰ ਯੂ ਰੈਡੀ ਆ ਲਾ ਕੁਐਂਟਾ ਯੋਸ ਪਾਪਾ ਜਾ ਰਹੇ ਹਾਂ, ਕਿੰਨਾ ਪਿਆਰਾ ਲੱਗ ਰਿਹਾ, ਸਾਰੇ ਪਾਸੇ ਆਹ ਹੀ ਨੇ ਹਨਾ। ਤੇ ਹੁਣ ਜਾ ਰਹੇ ਹਾਂ ਆਪਾਂ ਬਿਲਕੁਲ ਉਹਦੇ ਨੇੜੇ ਗਲੇਸ਼ੀਅਰ ਦੇ। ਮੈਨੂੰ ਪਹਿਲਾਂ ਲੱਗਿਆ ਸੀ ਕਿ ਇਹ ਭੰਗ ਭੁੰਗਾ, ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ। ਮੈਂ ਹਾਂ ਇਸ ਟਾਈਮ ਐਲ ਕਲਾ ਫਾਤੇ। ਐਲ ਕਲਾ ਫਾਤੇ ਬਈ ਕਾਫੀ ਜ਼ਿਆਦਾ ਸਾਊਥ ਦੇ ਵਿੱਚ ਪੈਂਦਾ ਹੋਇਆ ਚਿਲੀਅਨ ਬਾਰਡਰ ਦੇ ਨੇੜੇ ਸ਼ਹਿਰ ਅਰਜਨਟੀਨਾ ਦੇਸ਼ ਦਾ। ਸੋ ਮੈਂ ਉੱਥੇ ਹਾਂ ਬਈ, ਪਾਪੂਲੇਸ਼ਨ ਦਾ ਇੱਥੇ ਮਤਲਬ ਨਾ ਮਾਤਰ, ਇਹਨੂੰ ਪਿੰਡ ਕਹੂੰਗਾ ਤਾਂ ਜ਼ਿਆਦਾ ਬੈਟਰ ਮਤਲਬ ਲੱਗਦਾ ਇੱਦਾਂ ਕਿ ਹਾਂ ਬਈ ਇਹ ਪਿੰਡ ਹੀ ਹੈ। ਅਤੇ ਇੱਥੋਂ ਬਈ ਇੱਥੇ ਇੱਕ ਗਲੇਸ਼ੀਅਰ ਪੈਂਦਾ ਐਲ ਕਲਾ ਫਾਤੇ, ਬਹੁਤ ਸਾਰੇ ਲੋਕ ਆਉਂਦੇ ਨੇ। ਇਸ ਤੋਂ ਬਾਅਦ ਅਗਲੇ ਸ਼ਹਿਰ ਬਿਲਕੁਲ ਜਿਹੜਾ ਸਾਊਥ ਦੁਨੀਆ ਦਾ ਸਭ ਤੋਂ ਲਾਸਟ ਸ਼ਹਿਰ ਹੈ, ਉੱਥੇ ਜਾਣਾ। ਉੱਥੋਂ ਆਪਾਂ ਅੰਟਾਰਟਿਕਾ ਲਈ ਕਰੂਜ਼ ਫੜਾਂਗੇ, ਲੇਕਿਨ ਉਸ ਤੋਂ ਪਹਿਲਾਂ ਇੱਥੇ ਗਲੇਸ਼ੀਅਰਸ ਨੇ ਬਈ, ਔਰ ਖਾਸ ਕਿਸਮ ਦੇ ਗਲੇਸ਼ੀਅਰ ਦੱਸੇ ਜਾਂਦੇ ਨੇ ਕਿ ਥੋੜ੍ਹੇ ਨਾ ਅਜੀਬ ਉਹਨਾਂ ਦੀ ਸ਼ੇਪ ਹੈ, ਇੱਦਾਂ ਮੰਨਦੇ ਆ। ਸੋ ਬਈ ਉੱਥੇ ਜਾ ਰਹੇ ਹਾਂ, ਇੱਥੋਂ ਇੱਕ ਟੂਰ ਬੁੱਕ ਕੀਤਾ ਮੈਂ ਅਤੇ ਮੇਰੇ ਨਾਲ ਨਵਨਕੁਰ ਬਾਈ ਨੇ, ਅਸੀਂ ਦੋਨਾਂ ਨੇ ਕੀਤਾ, ਵਿੱਚ ਕੋਈ ਬੋਟ ਰਾਈਡ ਵਗੈਰਾ ਅਤੇ ਉਹ ਸਾਰੀਆਂ ਚੀਜ਼ਾਂ ਇਨਕਲੂਡ ਨੇ। ਚੱਲਦੇ ਹਾਂ ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਐਲ ਕਲਾ ਫਾਤੇ ਸ਼ਹਿਰ ਅਤੇ ਗਲੇਸ਼ੀਅਰਸ ਅਤੇ ਹੋਰ ਵੀ ਸ਼ਾਨਦਾਰ ਸ਼ਾਨਦਾਰ ਨਜ਼ਾਰੇ। ਉਹ ਪਿੱਛੇ ਰਹਿ ਗਿਆ ਬਈ ਹੋਸਟਲ, ਹੋਸਟਲ 'ਚ ਬ੍ਰੇਕਫਾਸਟ ਵੈਸੇ ਕਰ ਲਿਆ, ਵੈਸੇ ਇੱਧਰ ਹੀ ਆ ਮੈਕਸੀਕੋ ਸਟਰੀਟ ਫੂਡ 'ਤੇ ਆ ਸਾਰੇ ਆ, ਪਰ ਇਹ ਖੁੱਲ੍ਹਦੇ ਜ਼ਿਆਦਾਤਰ ਸ਼ਾਮ ਨੂੰ ਹੀ ਆ, ਕੁਛ ਆ ਬਾਹਰ ਉਹ ਸਵੇਰੇ ਬਾਹਰ ਹੀ ਖੋਲ੍ਹ ਰੱਖਿਆ। ਅਤੇ ਇੱਥੇ ਕਿਤੇ ਹੋਊਗਾ ਬਈ, ਪਤਾ ਕਰਨਾ ਪੈਣਾ, ਨਵਨਕੁਰ ਬਾਈ ਨੂੰ ਫੋਨ ਕਰਦਾ, ਫਿਰ ਪਤਾ ਲੱਗੂਗਾ ਕਿਹੜੀ ਬੱਸ ਆ ਸਾਡੀ ਜਾਂ ਪਿਛਲੇ ਪਾਸੇ ਆ ਕਿਤੇ। ਇਹ ਬੱਸ ਸਟੈਂਡ ਆ ਇਹਨਾਂ ਦਾ ਇੱਥੇ, ਇੱਥੋਂ ਨਾ ਬਹੁਤ ਸਾਰੀਆਂ ਬੱਸਾਂ ਨੇ, ਇਹ ਤਾਂ ਸ਼ਾਇਦ ਇਹ ਟੂਰ ਵਾਲੀਆਂ ਹੀ ਨੇ, ਹੋਰ ਵੀ ਇੱਥੋਂ ਬੱਸਾਂ ਜਾਂਦੀਆਂ ਨੇ ਨੇੜੇ ਤੇੜੇ, ਜਿਵੇਂ ਚਿੱਲੀ ਨੂੰ ਜਾਂਦੀਆਂ ਨੇ ਜਾਂ ਫਿਰ ਜਿਹੜਾ ਲਾਸਟ ਸ਼ਹਿਰ ਹੈ ਉੱਥੇ ਜਾਣ ਲਈ ਨਾ ਚਿੱਲੀ ਦੇ ਵਿੱਚ ਹੀ ਟੱਪਣਾ ਪੈਂਦਾ, ਉਹ ਬੱਸ ਵੀ ਜਾਂਦੀ ਆ। ਐਂਤਰਾਦਾ, ਐਂਤਰਾਦਾ ਮਤਲਬ ਐਂਟਰੀ ਅਤੇ ਸਲੀ ਦਾ ਮਤਲਬ ਐਗਜ਼ਿਟ। ਐਗਜ਼ਿਟ ਕਰ ਜਾਓ ਭਾਜੀ ਕੇ ਟਾਈਮ 'ਤੇ, ਵੇਟ ਕਰ ਰਹੇ ਹਾਂ ਇੱਥੇ, ਹਲੇ ਤਾਂ ਬੱਸ ਆਈ ਨਹੀਂ, ਆਹ ਤਾਂ ਬੱਸ ਕਿਤੇ ਹੋਰ ਚੱਲੀ ਹੈ। ਅਤੇ ਇੱਥੇ ਇੱਕ ਨਾ ਮੈਂ ਚੀਜ਼ ਦਿਖਾਉਣਾ ਤੁਹਾਨੂੰ, ਆਹ ਦੇਖਿਓ ਇੱਥੇ ਨਾ ਇੱਦਾਂ ਹੁੰਦਾ ਬਈ, ਆਹ ਜਿਵੇਂ ਨਾ ਆਹ ਕੇਟਲੀ ਇਹਦੇ ਵਿੱਚ ਗਰਮ ਪਾਣੀ ਹੈ, ਅਤੇ ਆਹ ਜਿਹੜਾ ਪਿਆ ਨਾ, ਮੈਨੂੰ ਪਹਿਲਾਂ ਲੱਗਿਆ ਸੀ ਕਿ ਇਹ ਭੰਗ ਭੁੰਗਾ, ਅਤੇ ਇਹ ਬਈ ਇਹ ਪੀਂਦੇ ਨੇ ਇਹਦੇ ਵਿੱਚ ਪਾ ਕੇ ਰੱਖ ਲੈਂਦੇ ਨੇ, ਪਰ ਇੱਦਾਂ ਨਹੀਂ ਹੈ, ਇੱਕ ਨਾ ਗ੍ਰੀਨ ਟੀ ਟਾਈਪ ਕੋਈ ਟ੍ਰੈਡੀਸ਼ਨਲ ਇਹਨਾਂ ਦੀ ਨਾ ਉਹ ਹੈ, ਚਾਹ ਨਹੀਂ ਕਹਿ ਸਕਦੇ, ਕੋਈ ਅਲੱਗ ਹੀ ਚੀਜ਼ ਹੈ ਇਹ, ਮਤਲਬ ਕਾਵਾ ਜਾਂ ਕੁਛ ਵੀ ਕਹਿ ਲਓ, ਅਤੇ ਉਹ ਹੈ ਇਹਨਾਂ ਦਾ ਇਹ। ਕੱਪ 'ਚ ਪਾਈ ਰੱਖਦੇ ਕੋਈ ਵੱਡੇ 'ਚ, ਕੋਈ ਛੋਟੇ 'ਚ, ਜਿੰਨਾ ਆਪਦੇ ਹਿਸਾਬ ਨਾਲ, ਅਤੇ ਵਿੱਚ ਉਹਦੇ ਇੱਕ ਸਟੀਲ ਦੀ ਪੈਪ ਲੱਗੀ ਹੁੰਦੀ ਹੈ, ਅਤੇ ਉੱਤੋਂ ਗਰਮ ਪਾਣੀ ਪਾਉਂਦੇ ਨੇ, ਅਤੇ ਥੋੜ੍ਹੀ ਦੇਰ ਨੂੰ ਘੁੱਲ ਜਾਂਦਾ ਹੈ ਨਾਲ ਨਾਲ, ਅਤੇ ਨਾਲ ਨਾਲ ਚੁਸਕੀ ਲੈਂਦੇ ਰਹਿੰਦੇ ਨੇ ਬਈ। ਲੋਕ ਪੱਕੇ ਤੌਰ 'ਤੇ ਆਪਦੀ ਕੱਚ ਦੇ ਵਿੱਚ ਰੱਖਦੇ ਨੇ ਇਹਨੂੰ, ਬੋਤਲ ਨੂੰ, ਵੀ ਪਾਣੀ ਗਰਮ ਰਹੇ, ਅਤੇ ਉਹ ਕੱਪ ਜਿਹੜਾ ਆਪਦੇ ਕੋਲ ਰੱਖਦੇ ਨੇ। ਪੁਰਾਣੇ ਟਾਈਮ ਦੇ ਵਿੱਚ ਕਹਿੰਦੇ ਨੇ ਵੀ ਕਈ ਬੰਦੇ ਉਹ ਇੱਦਾਂ ਫੜ ਕੇ ਰੱਖਦੇ ਸੀ ਥੱਲੇ, ਉਹਦੇ ਕੋਲ ਬਾਲ ਕੇ ਰੱਖਦੇ ਸੀਗੇ, ਵੀ ਬਹੁਤ ਸਾਲਾਂ ਪੁਰਾਣੀ ਇਹਨਾਂ ਦੀ ਟ੍ਰੈਡੀਸ਼ਨਲ ਜਿਹੜੀ ਇਹ ਨਾ ਉਹ ਚਾਹ ਹੈ, ਇੱਕ ਤਰ੍ਹਾਂ ਦੀ ਚਾਹ ਕਹੋ, ਕਾਵਾ ਕਹੋ, ਕੀ ਕਹੋਗੇ, ਡਰਿੰਕ ਕਹਿ ਲਓ, ਕੁਛ ਵੀ। ਡਰਿੰਕ ਨੂੰ ਕਹਿੰਦੇ ਆ ਜ਼ਰਬਾ ਮੇਟ ਕਹਿੰਦੇ ਆ, ਜਾਂ ਮੇਟ ਕਹਿੰਦੇ ਆ, ਜਾਂ ਫਿਰ ਜ਼ਰਬਾ ਮੇਟ ਕਹਿੰਦੇ ਆ, YERBAMATE। ਆ ਗਈ ਸ਼ਾਇਦ ਸਾਡੀ ਬੱਸ ਪੈਟੋਗੋਨੀਆ ਡ੍ਰੀਮਸ, ਇਹ ਭੈਣ ਜੀ ਆਏ ਨੇ, ਲਓ ਬਈ ਨਾਦੀ ਯਾ ਐਕਸਲੈਂਟ ਓਕੇ ਆਰ ਯੂ ਰੈਡੀ ਯਾ ਐਕਸਲੈਂਟ ਚਲੋ ਬਈ। ਆ ਕੇ ਬੱਸ ਦੇ ਵਿੱਚ ਟੈਂਪਰੇਚਰ, ਅੱਛਾ ਅੰਦਰ ਦਾ ਦਿਖਾ ਰਿਹਾ 21 ਡਿਗਰੀ, ਬਾਹਰ ਦਾ ਠੰਡ ਆ ਬਈ। ਅਤੇ ਇੱਥੋਂ ਲੱਗੂਗਾ ਲਗਭਗ ਮੈਨੂੰ ਲੱਗਦਾ 1.5 ਜਾਂ 2 ਘੰਟੇ, 1.5 ਘੰਟੇ ਮੰਨ ਕੇ ਚੱਲੋ, 80 ਕਿਲੋਮੀਟਰ ਦੂਰ ਹੈ ਇੱਥੋਂ ਗਲੇਸ਼ੀਅਰ, ਪੋਰਿਤੇ ਮੋਰੇਨੋ ਗਲੇਸ਼ੀਅਰ ਦਾ ਨਾਮ ਹੈ। ਇੱਕ ਡੈਸਟੀਨੇਸ਼ਨ 'ਤੇ ਪਹੁੰਚੇ ਹਾਂ, ਇਹ ਕਹਿੰਦੇ ਵੀ ਇੱਥੋਂ ਬਾਹਰ ਤਾਂ ਨਹੀਂ ਜਾਣਾ, ਇਹ ਨੈਸ਼ਨਲ ਪਾਰਕ ਦੀ ਟਿਕਟ ਆ ਬਈ, $12 ਦੀ ਅਲੱਗ ਤੋਂ, ਮਤਲਬ $12
ਤੇ 12 ਡਾਲਰ 24 ਡਾਲਰ ਹੁਣ ਇੱਥੇ ਦਿੱਤੇ ਆ ਤੇ ਇਸ ਪੈਕੇਜ ਲਈ 17,000 ਆਲਰੇਡੀ ਪੇ ਕੀਤਾ 20,000-21,000 ਦਾ ਇੱਕ ਦਿਨ ਦਾ ਤੇ ਜਾ ਰਹੇ ਇਹ ਮਤਲਬ 12 ਇਹ ਪੈਸੋਜ਼ ਦਾ ਸਾਈਨ ਵੀ ਡਾਲਰ ਵਾਲਾ ਹੀ ਆ ਬਈ ਇਹ 12,000 ਡਾਲਰ ਨਹੀਂ ਹੈ ਮਤਲਬ ਇਹ 12 ਡਾਲਰ ਹੈ 12,000 ਪੈਸੋਜ਼ ਹੈ ਪਰ ਬਾਈ 17,000 ਦਾ ਨਹੀਂ ਸੀਗਾ 23,000 ਦਾ ਸੀਗਾ ਕਿਉਂਕਿ ਮਨਪੁਰ ਬਾਈ ਦੇ ਫੋਨ ਤੋਂ ਬੁੱਕ ਕੀਤਾ ਸੀ ਹੁਣ ਦੇਖਿਆ ਅਤੇ ਕਿੰਨੇ ਹੋ ਗਏ 2,000 ਹੋ ਗਏ ਮਤਲਬ 25,000 ਦਾ 12,500-12,500 ਦਾ ਟੂਰ ਹੈ ਹੁਣ ਦੇਖਦੇ ਹਾਂ ਕਰਾਉਂਦੇ ਕੀ ਕੁਛ ਹੈ ਕਿਉਂਕਿ ਇਕੱਲੇ ਗਲੇਸ਼ੀਅਰ ਵਾਲਾ ਟੂਰ ਤਾਂ 30-40 ਡਾਲਰ ਦਾ ਹੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਬੋਟ ਰਾਈਡ ਹੋਰ ਨੈਸ਼ਨਲ ਪਾਰਕ ਪਰ ਨੈਸ਼ਨਲ ਪਾਰਕ ਦੀ ਟਿਕਟ ਅਲੱਗ ਤੋਂ ਦਿੱਤੀ ਅਸੀਂ ਦੇਖਦੇ ਹਾਂ ਚਲੋ ਕੀ ਕੁਛ ਕਰਾਉਂਦੇ ਆ ਜੇ ਕੁਛ ਵਧੀਆ ਕਰਾਉਣ ਤਾਂ ਫਿਰ ਮਤਲਬ ਵਰਥ ਵੀ ਲੱਗਦਾ ਇੰਨੇ ਪੈਸੇ ਲਾਉਣਾ Now I'm going to explain to you about the glacier. A la cuenta de dos y tres. Lo ve ten girne ahí aur samne le gaya bhai apan nu Purito Moreno Glacier. Wow. Thalle utar ke dekhde hun apan. Mainu lagda bus di parking itthe hi aa gayi bhai. Bhai itthe tan kuch khaan peen da vi nahi hai koi pani puni lag hi nahi reha ki hai ga. Lo ve itthe laata bus ne itthe hai parking. ਸਾਹਮਣੇ ਆ ਬਾਈ ਗਲੇਸ਼ੀਅਰ ਚਲੋ ਚੱਲਦੇ ਹਾਂ ਹੁਣ ਆਪਾਂ ਥੋੜ੍ਹਾ ਤੁਰ ਕੇ ਜਾਣਾ ਪਊਗਾ ਫਿਰ ਪਹੁੰਚਾਂਗੇ ਆਪਾਂ ਗਲੇਸ਼ੀਅਰ ਵਾਲੇ ਪਾਸੇ ਬਈ ਉਹ ਦੇਖ ਰਿਹਾ ਸਾਰਾ ਗਲੇਸ਼ੀਅਰ ਔਰ ਇਹ ਗਲੇਸ਼ੀਅਰ ਕਾਫੀ ਡਿਫਰੈਂਟ ਆ ਬਈ ਇਹਦਾ ਨਾ ਕਲਰ ਦੇਖਿਓ ਉੱਦਾਂ ਜਿਹੜਾ ਉੱਤੇ ਬਰਫ ਚਿੱਟੀ ਦਿਖ ਰਹੀ ਹੈ ਸਕਾਈ ਬਲੂ ਕਲਰ ਦਾ ਬਈ ਦੇਖੋ ਮੈਂ ਜ਼ੂਮ ਕਰੂੰਗਾ ਦੇਖਿਓ ਔਰ ਬਿਲਕੁਲ ਸੇਮ ਜਿਹੜਾ ਕੈਮਰੇ 'ਚ ਦਿਖ ਰਿਹਾ ਉੱਦਾਂ ਹੀ ਅੱਖਾਂ ਨੂੰ ਦਿਖ ਰਿਹਾ ਇਹਨਾਂ ਮਾਊਂਟੇਨਸ ਦੇ ਵਿੱਚ ਨਾ ਸਭ ਤੋਂ ਜਿਹੜਾ ਉੱਚਾ ਮਾਊਂਟੇਨ ਆ ਉਹ 7,000 ਮੀਟਰ ਦੇ ਨੇੜੇ ਤੇੜੇ ਸ਼ਾਇਦ ਹੈਗਾ ਪਰ ਉਹ ਇੱਥੇ ਨਹੀਂ ਆ ਉਹ ਥੋੜ੍ਹਾ ਮਤਲਬ ਬਹੁਤ ਦੂਰ ਆ ਇੱਥੋਂ ਕਿਉਂਕਿ ਨਾ ਚਿੱਲੀ ਅਤੇ ਅਰਜਨਟੀਨਾ ਤੁਸੀਂ ਦੇਖੋਗੇ ਬਹੁਤ ਲੰਮੇ ਲੰਮੇ ਜਿਹੇ ਦੇਸ਼ ਨੇ ਅਤੇ ਅਰਜਨਟੀਨਾ ਦਾ ਖੈਰ ਵੱਡਾ ਵੀ ਬਹੁਤ ਹੈ ਚਿੱਲੀ ਛੋਟਾ ਪਰ ਲੰਮਾ ਬਹੁਤ ਜ਼ਿਆਦਾ ਅੱਜ ਬਹੁਤ ਸਾਰੇ ਬਾਈਕ ਰਾਈਡਰਸ ਇੱਥੇ ਆਏ ਹੋਏ ਨੇ ਇਹ ਮੈਂ ਦੇਖਿਆ ਬਾਈ ਬਹੁਤ ਸਾਰੇ ਅਮੈਰੀਕਾ ਤੋਂ ਹੋਰ ਸਾਊਥ ਅਮੈਰੀਕਨ ਕੰਟਰੀਜ਼ ਤੋਂ ਲੈਟਿਨ ਅਮੈਰੀਕਾ ਤੋਂ ਬਹੁਤ ਸਾਰੇ ਲੋਕ ਆਉਂਦੇ ਨੇ ਕਿਉਂਕਿ ਡਾਇਰੈਕਟ ਬਾਈ ਲੈਂਡ ਅਮੈਰੀਕਾ ਨਾਲ ਕਨੈਕਟਡ ਆ ਇਹ ਆਪਾਂ ਸਾਊਥ ਅਮੈਰੀਕਾ 'ਚ ਅਮੈਰੀਕਾ ਕੈਨੇਡਾ ਵਗੈਰਾ ਮੈਕਸੀਕੋ ਵਗੈਰਾ ਉਹ ਨੌਰਥ ਅਮੈਰੀਕਾ 'ਚ ਨੇ ਬਈ ਚਲੋ ਚੱਲੀਏ ਬਈ ਇਹਨਾਂ ਨੇ ਇੱਥੇ ਮੈਪ ਟੰਗਤਾ ਗਲੇਸ਼ੀਅਰ ਪੈਰੀਤੋ ਮੋਰੇਨੋ ਦਾ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਪੈਰੀਤੋ ਮੋਰੇਨੋ ਇਹਦਾ ਕੀ ਨਾਂ ਹੈ ਕਿੱਦਾਂ ਹੈ ਅਤੇ ਇਹਦੇ 'ਤੇ ਮੈਨੂੰ ਲੱਗਦਾ ਵੀ ਇਹ ਭੈਣ ਜੀ ਆ ਜਿਹੜੇ ਸਮਝਾਉਣਗੇ ਆਪਾਂ ਨੂੰ Do you want to include the boat? El apartamento tiene lo que es restaurante y baños, bajando los escalones del restaurante tiene los baños. Y también vamos a tener the first parking lot at three icebergs. ਲੋ ਵੀ ਦੁਬਾਰਾ ਹੁਣ ਇੱਥੇ ਲੈ ਆਈ ਬਸ ਪਿੱਛੋਂ ਯਾਰ ਆਈਸਬਰਗ ਬੜੇ ਪਿਆਰੇ ਲੱਗ ਰਹੇ ਸੀਗੇ ਅਤੇ ਹੁਣ ਇੱਥੇ ਵਾਸ਼ਰੂਮ ਵਗੈਰਾ ਜਾ ਕੇ ਕੁਛ ਰੈਸਟੋਰੈਂਟ ਵੀ ਬਣਿਆ ਹੋਇਆ ਅਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਗਲੇਸ਼ੀਅਰ ਵਾਲੇ ਪਾਸੇ ਵਧੀਆ ਕੈਫੇ ਬਣਿਆ ਹੋਇਆ ਇੱਥੇ ਸਭ ਤੋਂ ਵਧੀਆ ਚੀਜ਼ ਮੈਨੂੰ ਇਹ ਲੱਗੀ ਯੂਰਪ 'ਚ ਵੀ ਆ ਖੈਰ ਅਰਜਨਟੀਨਾ 'ਚ ਵੀ ਵੈਜ ਦੇਖੋ ਇਹ ਬਰਗਰਸ ਨੇ ਸਾਰੇ ਤਿੰਨੇ 'ਚ ਵੈਜ ਬਰਗਰ ਉਹਨਾਂ ਨੇ ਸਪੈਸ਼ਲ ਰੱਖਿਆ ਹੋਇਆ ਠੀਕ ਹੈ ਫਿਰ ਆਹ ਸੈਲਡ ਤਾਂ ਸਾਰੇ ਵੈਜੀਟੇਰੀਅਨ ਨੇ ਬਈ ਚਲੋ ਜੋ ਵੀ ਹੈ ਮਤਲਬ ਵੈਜੀਟੇਰੀਅਨ ਆਪਸ਼ਨ ਸਾਨੂੰ ਨੋਰਮਲੀ ਮਿਲ ਜਾਣਗੀਆਂ ਇੱਥੇ ਪੋਲੋ ਚਿਕਨ ਕਿਸ ਮੇ ਹੋਤਾ ਹੈ ਸਪੈਨਿਸ਼ ਮੇ ਹੋਤਾ ਹੈ ਪੋਯੋ ਹੋਤਾ ਹੈ ਔਰ ਹਾਂ ਡਬਲ ਐਲ ਕੋ ਵਾਈ ਬੋਲਤੇ ਹੈ ਪੋਯੋ ਮਤਲਬ ਡਬਲ ਐਲ ਲਿਖਿਆ ਦੇਖਿਆ ਤੁਹਾਨੂੰ ਸਪੈਨਿਸ਼ ਦੇ ਵਿੱਚ ਉਹ ਵਾਈ 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 ਜੋ ਵੀ ਇਦਾਂ ਦੀ ਆਵਾਜ਼ ਕਰਦਾ ਹੈ ਵੈਜੀਟੇਰੀਅਨ ਵੀ ਅ ਹੋਲ ਗ੍ਰੇਨ ਬ੍ਰੈਡ ਗ੍ਰਿਲਡ ਪੰਪਕਿਨ ਉਹ ਕੀ ਹੈ ਲਓ ਵੀ ਇੱਥੋਂ ਦੋ ਸੈਂਡਵਿਚ ਲੈ ਲਏ ਆ ਮੇਰਾ ਵੈਜੀਟੇਰੀਅਨ ਅਨਵਨਪੁਰ ਬਾਈ ਦਾ ਆਇਆ ਬਈ $15 ਯੂਐਸ ਡਾਲਰ ਬਿੱਲ ਆ ਰੇਟ ਨਾਲ ਹੀ ਲਿਖ ਦਿੰਦੇ ਜੇ ਤੁਸੀਂ ਡਾਲਰ 'ਚ ਜਾਂ ਰੀਅਲ 'ਚ ਜਾਂ ਚਿਲੀਅਨ ਪੈਸੋ 'ਚ ਵੀ ਪੇ ਕਰਨਾ ਹੈਗਾ ਅੱਛਾ ਨਾ ਅਤੇ ਆਹ ਬਈ ਨਾਲ ਆ ਗਈ ਸੌਸ ਅਤੇ ਆਹ ਮੈਨੂੰ ਲੱਗਦਾ ਚਿੱਲੀ ਸੌਸ ਹੋਊਗੀ ਚਲੋ ਕੰਮ ਹੋ ਜਾਊਗਾ ਆਪਣਾ ਹੁਣ ਖਾ ਕੇ ਫਿਰ ਚੱਲਦੇ ਹਾਂ ਗਲੇਸ਼ੀਅਰ ਵਾਲੇ ਪਾਸੇ ਜਿਹੜਾ ਕੀ ਆ ਉੱਧਰ ਬਈ ਮੈਂ ਇੱਕ ਪਾਣੀ ਦੀ ਬੋਤਲ ਲਿਆ ਛੋਟੀ ਜਿਹੀ ਬੋਤਲ ਹੈ
200 ਰੁਪਏ ਦੀ ਇੰਡੀਆ ਦੇ, ਔਰ ਆ ਕਾਫੀ ਆ ਬਈ 250 ਰੁਪਏ ਦੀ। ਇੱਥੇ ਬਈ ਦੁਕਾਨ ਦੇ ਵਿੱਚ ਵੀ ਨਾ ਦੇਖੋ ਇਹ ਮਤਲਬ ਉਦਾਂ ਸੋਵੀਨੀਅਰ ਪਿਆ ਹੋਇਆ $16 ਦਾ। ਖੈਰ ਆ ਦੇਖੋ ਇੱਦਾਂ ਹੁੰਦਾ ਇਹ, ਮੈਂ ਤੁਹਾਨੂੰ ਚੱਕ ਕੇ ਦਿਖਾ ਦਿੰਦਾ। ਇਹਦੇ ਵਿੱਚ ਉਹ ਭਰ ਲੈਂਦੇ ਆ ਅਤੇ ਥੱਲੇ ਇੱਕ ਫਿਲਟਰ ਜਿਹਾ ਲੱਗਿਆ ਹੁੰਦਾ ਅਤੇ ਆ ਪੈਪ ਨਾਲ ਪੀਂਦੇ ਰਹਿੰਦੇ। ਉਹ ਸਟੀਲ ਦੀ ਹੁੰਦੀ ਹੈ ਵੈਸੇ, ਇਹ ਤਾਂ ਉੱਦਾਂ ਹੀ ਇਹਨਾਂ ਨੇ ਜਿਹੜਾ ਉਹ ਬਣਾਇਆ ਹੋਇਆ ਸੋਵੀਨੀਅਰ ਹੈ। ਟ੍ਰੈਡੀਸ਼ਨਲ ਚਾਹ ਦਾ ਤੁਸੀਂ ਲਿਜਾਣਾ ਚਾਹੋ ਤਾਂ ਲਿਜਾ ਸਕਦੇ। ਚਲੋ ਹੁਣ ਚੱਲਦੇ ਹਾਂ ਆਪਾਂ ਬਾਹਰ, ਇੱਥੋਂ ਆਹ ਨਜ਼ਾਰਾ ਦੇਖ ਰਿਹਾ ਬਈ। ਹਾਲਾਂਕਿ ਹਲੇ ਆਪਾਂ ਹੋਰ ਕੋਲੇ ਜਾਵਾਂਗੇ, ਬੋਟ ਨਾਲ ਵੀ ਜਦੋਂ ਜਾਵਾਂਗੇ, ਪਰ ਸ਼ਾਨਦਾਰ ਦੇਖ ਰਿਹਾ। ਗਲੇਸ਼ੀਅਰ ਦਾ ਰੰਗ ਨਾ ਬੜਾ ਡਿਫਰੈਂਟ ਹੈ ਯਾਰ, ਪਤਾ ਨਹੀਂ ਹੈ ਉੱਤੋਂ ਚਾਨਣ ਪੈ ਰਿਹਾ ਪਰ ਬੱਦਲ ਤਾਂ ਹੈ ਹੀ ਨਹੀਂ, ਉੱਤੇ ਤਾਂ ਕਾਲੇ ਬੱਦਲ ਹੈ, ਉੱਤੇ ਅਸਮਾਨ ਦਾ ਵੀ ਨਹੀਂ ਪੈ ਰਿਹਾ, ਨੀਲਾ ਨੀਲਾ ਸਕਾਈ ਬਲੂ ਦੇਖ ਰਿਹਾ ਬਿਲਕੁਲ। ਜਿਹੜੀ ਐਲ ਕਲਾਫਾ 'ਤੇ ਜਗ੍ਹਾ ਨਾ ਬਈ, ਵੈਸੇ ਤਾਂ ਖੈਰ ਅਰਜਨਟੀਨਾ ਦੇ ਵਿੱਚ ਬਹੁਤ ਫੇਮਸ ਹੈ, ਪਰ ਜਦੋਂ ਮੈਂ ਇਹਦਾ ਵੀਜ਼ਾ ਲੈਣ ਗਿਆ ਸੀ ਨਾ, ਅਤੇ ਜਿਹੜੀ ਵੀਜ਼ਾ ਆਫਿਸਰ ਸੀ ਅਤੇ ਉਹਨੇ ਇਹ ਕਿਹਾ ਸੀ, ਮੈਂ ਆਈਟਨਰੀ ਦੇ ਵਿੱਚ ਵੈਸੇ ਲਿਖਤਾ ਸੀ, ਉਹਨੇ ਕਿਹਾ ਸੀ ਇਸ ਜਗ੍ਹਾ 'ਤੇ ਜ਼ਰੂਰ ਜਾਈਂ। ਅਤੇ ਬਾਕੀ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰਾ ਵੀਜ਼ਾ ਇੰਟਰਵਿਊ ਬਿਲਕੁਲ ਹੈ ਹੀ ਨਹੀਂ ਸੀਗਾ। ਉਹਨੇ ਮੈਂ ਜਿਵੇਂ ਕਿਹਾ, ਕਹਿੰਦੀ ਤੇਰਾ ਵੀਜ਼ਾ ਤਾਂ ਆਲਰੇਡੀ ਅਪਰੂਵ ਹੈ, ਪਰ ਕਹਿੰਦੀ ਮੈਂ ਤੇਰੇ ਤੋਂ ਕੁਝ ਪੁੱਛਣਾ ਚਾਹੁੰਦੀ ਹਾਂ ਕਿ ਤੈਨੂੰ ਐਜ਼ ਅ ਸਿੱਖ ਲੋਕ ਰਿਕੋਗਨਾਈਜ਼ ਕਰਦੇ ਆ ਜਾਂ ਨਹੀਂ ਕਰਦੇ ਆ, ਪਰ ਹਾਂ ਐਲ ਕਲਾਫਾ 'ਤੇ ਲਈ ਵੀ ਉਹਨੇ ਮੈਨੂੰ ਰੈਕਮੈਂਡ ਕੀਤਾ ਸੀਗਾ। ਸੋ ਥੈਂਕ ਯੂ ਮੈਡਮ, ਜੇ ਤੁਸੀਂ ਦੇਖ ਰਹੇ ਹੋ ਵੀਡੀਓ ਤਾਂ ਉਹਨੇ ਕਿਹਾ ਸੀ ਕਿ ਮੈਂ ਤੇਰੀਆਂ ਵੀਡੀਓ ਦੇਖਦੀ ਰਹੂੰਗੀ ਟਿਲ ਅੰਟਾਰਟਿਕਾ ਤੱਕ ਵੀ। ਸੋ ਜੇਕਰ ਤੁਸੀਂ ਦੇਖ ਰਹੇ ਹੋ, ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਟ੍ਰਾਂਸਲੇਟ ਕਰੋਗੇ ਕਿਵੇਂ ਨਹੀਂ ਕਰੋਗੇ, ਥੈਂਕ ਯੂ ਕਰੂੰਗਾ ਕਿ ਤੁਸੀਂ ਜੇ ਨਾ ਕਹਿੰਦੇ ਸ਼ਾਇਦ ਮੈਂ ਇਹਨੂੰ ਇੱਕ ਵਾਰ ਲਈ ਸਕਿੱਪ ਕਰਦਾ। ਫਿਰ ਅੰਟਾਰਟਿਕਾ ਤੋਂ ਆਉਂਦੇ ਹੋਏ ਕਈ ਵਾਰ ਹੁੰਦਾ ਕਿ ਉਹ ਮੈਨੂੰ ਡਾਇਰੈਕਟ ਫਲਾਈਟ ਬੋਨਸ ਦੀ ਦੇ ਦਿੰਦੇ, ਟਾਈਮ ਨਾ ਲੱਗਦਾ ਜਾਂ ਫਲਾਈਟ ਮਹਿੰਗੀ ਹੁੰਦੀ ਤਾਂ ਮੈਂ ਸ਼ਾਇਦ ਇਸ ਜਗ੍ਹਾ ਨੂੰ ਛੱਡ ਦਿੰਦਾ, ਪਰ ਇਹ ਕਾਫੀ ਵਧੀਆ ਜਗ੍ਹਾ ਹੈ ਬਈ। ਹੁਣ ਮੈਂ ਤੁਹਾਨੂੰ ਦਿਖਾਉਣਾ ਸਾਰੀ ਇਹ ਜਗ੍ਹਾ। ਗਲੇਸ਼ੀਅਰ ਹੈ, ਇਹਦਾ ਨਾਂ ਪੋਰੀਤੋ ਮੋਰੇਨੋ। ਪੋਰੀਤੋ ਮੋਰੇਨੋ ਕਿਵੇਂ, ਪੋਰੀਤੋ ਦਾ ਮਤਲਬ ਤਾਂ ਹੁੰਦਾ ਐਕਸਪਰਟ, ਅਤੇ ਮੋਰੀਨੋ ਦਾ ਮਤਲਬ ਕਿ ਇੱਕ ਫਰਾਂਸਿਸਕੋ ਮੋਰੀਨੋ ਸੀਗਾ ਉਹਦਾ ਲਾਸਟ ਨੇਮ ਸੀਗਾ, ਅਤੇ ਉਹਨੇ ਇਸ ਜਗ੍ਹਾ ਨੂੰ ਲੱਭਿਆ ਸੀਗਾ ਵੀ ਪੂਰੇ ਨੈਸ਼ਨਲ ਪਾਰਕ ਨੂੰ ਜਿਹੜਾ ਉਹਨੂੰ ਲੱਭਿਆ ਸੀ 1877 ਦੇ ਨੇੜੇ ਤੇੜੇ, ਅਤੇ 1922 ਦੇ ਵਿੱਚ ਇਹਨੂੰ ਮਤਲਬ ਪੂਰਾ ਜਿਹੜਾ ਉਹਦਾ ਮਿਲ ਗਿਆ ਸੀ ਕਿ ਹਾਂ ਬਈ ਇਹ ਇੱਕ ਨੈਸ਼ਨਲ ਪਾਰਕ ਹੈ। ਸੋ ਤਾਂ ਕਰਕੇ ਉਹਦੇ ਨਾਂ 'ਤੇ ਮਤਲਬ ਇਹਦਾ ਜਿਹੜਾ ਗਲੇਸ਼ੀਅਰ ਦਾ ਨਾਂ ਹੈ ਨਾ ਜਿਹੜਾ ਰੱਖਿਆ ਗਿਆ। ਇਹ ਪੂਰਾ ਤੁਸੀਂ ਵਿਜ਼ਿਟ ਕਰ ਸਕਦੇ ਹੋ। ਦੇਖੋ ਇੱਧਰਲੇ ਪਾਸੇ ਕਿਤੇ ਅਲੱਗ ਪਾਸੇ ਨੂੰ ਗਿਆ, ਇੱਧਰ ਥੱਲੇ ਆਪਾਂ ਹੁਣ ਜਾਵਾਂਗੇ, ਬਿਲਕੁਲ ਆਪਾਂ ਨੇੜੇ ਪਹੁੰਚ ਜਾਵਾਂਗੇ ਗਲੇਸ਼ੀਅਰ ਦੇ। ਉਹ ਬੋਟ ਪਿੱਕ ਕਰੂਗੀ ਹੁਣ ਤੋਂ ਘੰਟਾ ਸਵਾ ਡੇਢ ਘੰਟੇ ਬਾਅਦ ਸਾਨੂੰ, ਉਹ ਪਤਾ ਨਹੀਂ ਯਾਰ ਮੈਨੂੰ ਲੱਗਦਾ ਜਮ੍ਹਾਂ ਗਲੇਸ਼ੀਅਰ ਦੇ ਨੇੜੇ ਤੇੜੇ ਜਾਂ ਕਿਤੇ ਲੈ ਕੇ ਜਾਊਗੀ, ਪਤਾ ਨਹੀਂ ਹੈ ਹੁਣ ਤੁਹਾਨੂੰ ਕੈਮਰੇ 'ਚ ਕਿੱਦਾਂ ਦਾ ਫੀਲ ਆ ਰਿਹਾ, ਪਰ ਮੈਨੂੰ ਤਾਂ ਕੁਛ ਡਿਫਰੈਂਟ ਹੀ ਲੱਗ ਰਿਹਾ। ਇੱਦਾਂ ਦੇਖੋ ਲਾਈਨਾਂ ਜਿਹੀਆਂ ਬਣੀਆਂ ਹੋਈਆਂ ਨੇ ਬਰਫ਼ ਦੀਆਂ, ਕਟਿੰਗ ਜੀ ਪਈ ਹੋਈ ਹੈ, ਬੜਾ ਪਿਆਰਾ ਲੱਗ ਰਿਹਾ ਬਈ। ਬਹੁਤ ਸਾਰੇ ਲੋਕ ਨਾ ਇੱਥੋਂ ਤੁਹਾਨੂੰ ਮੰਗੋਲੀਅਨ ਫੇਸ ਵਾਲੇ ਦੇਖਣਗੇ, ਮਤਲਬ ਕਿ ਉਹ ਜਾਪਾਨ ਤੋਂ ਆਏ ਹੁੰਦੇ ਨੇ ਬਹੁਤ ਸਾਰੇ ਲੋਕ। ਅਤੇ ਤੁਹਾਨੂੰ ਪਤਾ ਜਾਪਾਨ ਦੇ ਲੋਕ ਜਾਪਾਨ ਤੋਂ ਬਾਅਦ ਬਈ ਬ੍ਰਾਜ਼ੀਲ ਦੇ ਵਿੱਚ ਸਭ ਤੋਂ ਜ਼ਿਆਦਾ ਰਹਿੰਦੇ ਨੇ ਦੂਜੇ ਨੰਬਰ 'ਤੇ, ਔਰ ਬ੍ਰਾਜ਼ੀਲ ਇੱਥੋਂ ਕਾਫੀ ਨੇੜੇ ਹੈ। ਉੱਥੋਂ ਬਹੁਤ ਸਾਰੇ ਫਿਰ ਟੂਰਿਸਟ ਜਿਹੜੇ ਨੇ ਉਹ ਅਰਜਨਟੀਨਾ ਆਉਂਦੇ ਨੇ। ਖੈਰ ਜਾਪਾਨ ਤੋਂ ਵੀ ਆਉਂਦੇ ਹੋਣਗੇ ਕਿਉਂਕਿ ਜਾਪਾਨ ਇੱਕ ਚੰਗਾ ਸਟੇਬਲ ਦੇਸ਼ ਹੈ, ਚੰਗੀ ਇਕੋਨਮੀ ਉਹਨਾਂ ਦੀ, ਸੋ ਲੋਕ ਚੰਗੇ ਪੈਸੇ ਕਮਾ ਲੈਂਦੇ ਨੇ ਅਤੇ ਘੁੰਮਦੇ ਨੇ ਬਈ। ਬਹੁਤ ਵਧੀਆ ਇਹਨਾਂ ਨੇ ਆ ਬਣਾ ਰੱਖਿਆ। ਅੱਛਾ ਚਲੋ ਕੋਈ ਗੱਲ ਨੀ, ਹਾਂ ਬਈ ਹੈਂਡੀਕੈਪਡ ਨਹੀਂ ਸੀਗਾ, ਉੱਥੋਂ ਆ ਪੌੜੀਆਂ ਵੀ ਹੈਗੀਆਂ। ਚਲੋ ਕੋਈ ਗੱਲ ਨੀ, ਹੋਰ ਵੀ ਲੋਕ ਆ ਰਹੇ ਬਈ, ਨਹੀਂ ਪਤਾ ਲੱਗ ਰਿਹਾ ਕਿਸੇ ਨੂੰ ਕਿਉਂਕਿ ਉੱਥੇ ਮਤਲਬ ਇੰਨਾ ਕਲੀਅਰ ਨਹੀਂ ਲਿਖਿਆ ਹੋਇਆ ਸੀਗਾ। ਚਲੋ ਕੋਈ ਗੱਲ ਨੀ, ਆਪਾਂ ਇੱਦਾਂ ਹੀ ਚੱਲਦੇ ਰਹਿੰਦੇ, ਜਾਂਦੀ ਵਾਰੀ ਆਪਾਂ ਪੌੜੀਆਂ ਚੜ੍ਹ ਜਾਵਾਂਗੇ। ਅਤੇ ਉਹ ਥੱਲੇ ਬਈ ਨਾ ਬੋਟ ਵੀ ਦਿਖ ਰਹੀ ਆ, ਮੈਨੂੰ ਲੱਗਦਾ ਵੀ ਜਿਹੜੀ ਸਾਡੀ ਬੋਟ ਹੈ ਨਾ ਉਹ ਸਾਨੂੰ ਇੱਦਾਂ ਹੀ ਘੁਮਾਉਣ ਲੈ ਕੇ ਜਾਊਗੀ। ਮੈਂ ਜ਼ੂਮ ਕਰੂੰਗਾ, ਦੇਖਿਓ ਇੱਦਾਂ ਦਿਖਦੀ ਨਹੀਂ, ਉਹ ਵੀ ਬਹੁਤ ਦੂਰ ਆ, ਉਹ ਇੱਦਾਂ ਹੀ ਮੈਨੂੰ ਲੱਗਦਾ ਉਹ ਲੈ ਕੇ ਜਾਊਗੀਆਂ ਗਲੇਸ਼ੀਅਰ ਦੇ ਜਾਂ ਆਈਸਬਰਗਸ ਜਿਹੜੇ ਨਾ ਉੱਥੋਂ ਦੇਖਣਗੇ ਔਰ ਪਿਆਰੇ ਲੱਗਣਗੇ। ਇੱਧਰਲੇ ਪਾਸਿਓਂ ਵੀ ਇੱਕ ਵਿਊ ਪੁਆਇੰਟ ਬਣਿਆ ਹੋਇਆ, ਅਰਜਨਟੀਨਾ ਦਾ ਝੰਡਾ ਲੱਗਿਆ ਹੋਇਆ, ਇੱਥੇ ਜਾ ਕੇ ਵੀ ਆਪਾਂ ਇੱਕ ਪਿਆਰਾ ਜਿਹਾ ਸ਼ਾਟ ਲੈ ਲੈਂਦੇ। ਬਈ ਇੱਕ ਚੀਜ਼ ਦੇਖੋ, ਪਹਿਲਾਂ ਤੁਸੀਂ ਆ ਸਾਰਾ ਗਲੇਸ਼ੀਅਰ ਦੇਖ ਲਓ, ਤੁਹਾਨੂੰ ਕੀ ਲੱਗ ਰਿਹਾ ਇੱਦਾਂ ਛੋਟਾ ਜਿਹਾ ਲੱਗ ਰਿਹਾ ਹੋਊਗਾ, ਔਰ ਆਹ ਸਾਰੀ ਡਿਟੇਲ ਦੇ ਰੱਖੀ ਹੈ ਬਈ। ਜਿਹੜੀ ਇਹਦੀ ਹਾਈਟ ਹੈ ਨਾ, ਇਹ ਘੱਟੋ ਘੱਟ 20 ਮੰਜ਼ਿਲ ਜਿੰਨਾ ਉੱਚਾ ਹੈ, 70 ਮੀਟਰ ਮਤਲਬ ਲਗਭਗ 210-220 ਫੁੱਟ
ਉੱਚਾ ਹੈ ਪਾਣੀ ਤੋਂ। ਤੇ ਬਈ ਇਹ ਜਿਹੜਾ ਚੜਾਈ ਹੈ, ਚੜਾਈ ਵੀ ਦੇਖਿਓ ਇੱਦਾਂ ਲੱਗ ਰਿਹਾ ਕਿੰਨਾ ਆਊਗਾ, 500 ਮੀਟਰ, 4.5 ਕਿਲੋਮੀਟਰ, 4.4 ਕਿਲੋਮੀਟਰ ਚੌੜਾ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਨਾ ਜਿਹੜੀ ਉਹ ਬੋਟ ਜਾ ਰਹੀ ਹੈ ਨਾ ਬਈ, ਲੱਗ ਰਿਹਾ ਕਿ ਉਹ ਦੂਰ ਹੈ, ਕਾਫੀ ਵੱਡੀ ਬੋਟ ਆ, ਜਦੋਂ ਨੇੜੇ ਆਊਗੀ ਪਤਾ ਲੱਗੂਗਾ। ਪਹਾੜ ਬਹੁਤ ਵੱਡੇ ਹੁੰਦੇ ਨੇ ਉਹਦੇ ਕਰਕੇ ਬਹੁਤ ਨੇੜੇ ਲੱਗਦਾ ਇਹ ਪਹਾੜ, ਮੇਰੇ ਤੋਂ 5-6 ਕਿਲੋਮੀਟਰ ਦੂਰ ਹੋਊਗਾ ਇੱਦਾਂ। ਆਹ ਚੌੜਾਈ ਹੀ ਇਹਦੀ 4.5 ਕਿਲੋਮੀਟਰ ਹੈ ਬਈ, ਦੇਖ ਲਓ ਹੈ, ਅਸੀਂ ਹਲੇ ਬਹੁਤ ਦੂਰ ਆ ਇਹਦੇ ਤੋਂ, ਔਰ ਦੇਖਣ ਨੂੰ ਇਹ ਨੇੜੇ ਲੱਗ ਰਿਹਾ ਤੇ ਲੱਗ ਰਿਹਾ ਬਹੁਤ ਛੋਟਾ ਜਿਹਾ ਛੋਟਾ ਜਿਹਾ, ਬਹੁਤ ਉੱਚੇ ਹੈ। ਕਿੰਨਾ ਤੁਰ ਕੇ ਆ ਗਏ ਉੱਤੋਂ, ਤੇ ਹਲੇ ਵੀ ਕਾਫੀ ਤੁਰਨਾ ਮੈਨੂੰ ਲੱਗਦਾ, ਹਲੇ ਤਾਂ 30% ਵੀ ਤੁਰ ਕੇ ਨਹੀਂ ਆਏ। ਸੋ ਆਪਾਂ ਜਾ ਰਹੇ ਹਾਂ, ਕਿੰਨਾ ਪਿਆਰਾ ਲੱਗ ਰਿਹਾ, ਸਾਰੇ ਪਾਸੇ ਆਹ ਹੀ ਨੇ ਹਨਾ, ਤੇ ਇਹ ਮੈਨੂੰ ਲੱਗਦਾ ਹੋਰ ਜ਼ਿਆਦਾ ਹਰੇ ਹੋ ਜਾਂਦੇ ਹੋਣਗੇ ਜਿਵੇਂ ਥੋੜ੍ਹਾ ਜਿਹਾ ਮੌਸਮ ਬਦਲੂਗਾ। ਕਿੰਨਾ ਵਧੀਆ ਨਜ਼ਾਰਾ ਜਾ ਰਿਹਾ। ਹੁਣ ਇੱਕ ਹੋਰ ਵਿਊ ਪੁਆਇੰਟ ਆ ਗਿਆ ਤੇ ਆਪਾਂ ਇਸ ਤੋਂ ਵੀ ਹਲੇ ਥੱਲੇ ਜਾਵਾਂਗੇ ਮੈਨੂੰ ਲੱਗਦਾ। ਜਿਹੜਾ ਉਹ ਆਈਸਬਰਗ ਦੇਖ ਰਹੇ ਨਾ ਥੱਲੇ ਦੇਖਿਓ, ਇਹ ਤਾਂ ਬਿਲਕੁਲ ਹੀ ਨੀਲਾ ਬਈ, ਇਹਨੂੰ ਤੁਸੀਂ ਸਕਾਈ ਬਲੂ ਵੀ ਨਹੀਂ ਕਹਿ ਸਕਦੇ, ਪੂਰਾ ਹੀ ਨੀਲਾ ਦੇਖੋ। ਪਤਾ ਨਹੀਂ ਕੈਮਰੇ 'ਚ ਕਿੰਨਾ ਕੁ ਦੇਖ ਰਿਹਾ ਪਰ ਫੁੱਲ ਨੀਲਾ ਇਹ, ਆਹ ਵੀ ਸਾਰੇ ਮਤਲਬ ਸਕਾਈ ਬਲੂ ਕਲਰ ਦੇ ਆ। ਮੈਨੂੰ ਪਤਾ ਨਹੀਂ ਜਿਹੜੇ ਇੰਡੀਆ ਵਾਲੇ ਗਲੇਸ਼ੀਅਰ ਆ, ਪਰ ਨਹੀਂ ਮੇਰੇ ਹਿਸਾਬ ਨਾਲ ਨੀਲੇ ਨਹੀਂ ਹੁੰਦੇ। ਦੁਨੀਆ ਇੰਨੀ ਸੋਹਣੀ ਆ, ਆਪਾਂ ਆਏ ਦਿਨ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਜਾ ਕੇ ਨਵੀਆਂ ਨਵੀਆਂ ਥਾਵਾਂ ਦੇਖਦੇ ਹਾਂ, ਹਰੇਕ ਥਾਂ ਆਪਾਂ ਨੂੰ ਅਲੱਗ ਲੱਗਦੀ ਹੈ। ਦੇਖੋ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ, ਕੋਈ ਬੰਦਾ ਕਹੇ ਕਿ ਯਾਰ ਇਹ ਕਿੰਨੀ ਸੋਹਣੀ ਹੈ, ਫਲਾਨਾ ਗਲੇਸ਼ੀਅਰ ਜ਼ਿਆਦਾ ਸੋਹਣਾ ਹੈ, ਫਲਾਨਾ ਘੱਟ ਸੋਹਣਾ ਹੈ, ਕੰਪੈਰੀਜ਼ਨ ਬਿਲਕੁਲ ਨਹੀਂ ਕੀਤਾ ਜਾ ਸਕਦਾ। ਪਰ ਬਈ ਇਹ ਕੁਛ ਅਲੱਗ ਤਰ੍ਹਾਂ ਦਾ ਸੋਹਣਾ, ਔਰ ਮੈਨੂੰ ਲੱਗ ਰਿਹਾ ਵੀ ਇਸ ਤੋਂ ਸੋਹਣਾ ਕੁਛ ਨਹੀਂ ਹੋ ਸਕਦਾ। ਦੇਖੋ ਤਾਂ ਹੀ ਤੱਕ ਬਈ ਉੱਧਰ ਗਲੇਸ਼ੀਅਰ ਡਿੱਗਿਆ, ਕੋਈ ਆਵਾਜ਼ ਆਈ ਆ ਬੜੀ ਖਤਰਨਾਕ, ਕੈਮਰੇ 'ਚ ਨਹੀਂ ਸੁਣੀ ਹੋਣੀ, ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਉਹ ਤੇ ਤੁਹਾਨੂੰ ਥੋੜਾ ਜਿਹਾ ਦੇਖਿਆ ਹੋਣਾ, ਉੱਥੇ ਗਲੇਸ਼ੀਅਰ ਡਿੱਗਿਆ ਵੇਲਾ, ਪਤਾ ਨਹੀਂ ਕਿੱਥੋਂ ਆ ਰਿਹਾ ਥੱਲੋਂ ਹਨਾ, ਆਵਾਜ਼ ਆਉਂਦੀ ਹੈ ਬਈ ਉਦਾਂ ਟੱਕ ਦੇਣੇ। ਉਹ ਮੈਂ ਇਸ ਗੱਲ 'ਤੇ ਹੈਰਾਨ ਹਾਂ ਵੀ ਜਿਵੇਂ ਆਹ ਕਰੂਜ਼ ਬਈ ਬਹੁਤ ਨੇੜੇ ਨੇੜੇ ਲੈ ਕੇ ਜਾ ਰਹੇ ਆ, ਔਰ ਇੱਦਾਂ ਇੱਕਦਮ ਆ ਜੇ ਤਾਂ ਆਈਸਬਰਗ ਵੀ ਤਾਂ ਇੱਦਾਂ ਹੀ ਆਏ ਹੋਏ ਆ। ਇਹ ਟੁੱਟਣ ਦੀ ਆਵਾਜ਼ ਤੋਂ ਮੈਂ ਪਤਾ ਕਿਉਂ ਛੇਤੀ ਸਮਝ ਗਿਆ, ਕਿਉਂਕਿ ਵੀ ਜਦੋਂ ਮੈਂ ਹੇਮਕੁੰਡ ਸਾਹਿਬ ਸੀਗਾ, ਔਰ ਤੁਸੀਂ ਉਹ ਖਬਰ ਸੁਣੀ ਹੋਣੀ ਹੈ, ਪਿਛਲੇ ਸਾਲ ਦੀ ਗੱਲ ਹੈ 2023 ਦੀ ਹੈ, ਅਤੇ ਜਦੋਂ ਉਹ ਗਲੇਸ਼ੀਅਰ ਡਿੱਗਿਆ ਸੀ ਤਾਂ ਬਈ ਮੈਂ ਉਸ ਟਾਈਮ ਮੌਜੂਦ ਸੀਗਾ, ਔਰ ਮੇਰੇ ਸਾਹਮਣੇ ਹੀ, ਸਾਨੂੰ ਪਤਾ ਨਹੀਂ ਲੱਗਿਆ ਕੌਣ ਆ, ਤਾਂ ਬਸ ਖਬਰ 'ਚ ਪਤਾ ਲੱਗਿਆ ਕਿ ਉਹਨਾਂ ਦੇ ਵਿੱਚ ਇੱਕ ਬੀਬੀ ਦੀ ਮੌਤ ਹੋ ਗਈ ਸੀਗੀ, ਔਰ ਮੇਰੇ ਮਤਲਬ ਬਿਲਕੁਲ ਸਾਹਮਣੇ ਡਿੱਗਿਆ ਸੀ, ਉਹ ਮੇਰੀ ਵੀਡੀਓ ਦੇ ਵਿੱਚ ਵੀ ਹੈਗਾ। ਜਦੋਂ ਡਿੱਗਿਆ ਤਾਂ ਮੈਂ ਕੋਈ 50 ਮੀਟਰ ਪਿੱਛੇ ਸੀਗਾ, ਔਰ ਕੁਛ ਲੋਕ ਅੱਗੇ ਲੰਘੇ, ਪਰ ਕੁਛ ਲੋਕ ਵਿਚਾਰੇ ਵਿੱਚ ਆ ਗਏ ਸੀਗੇ, ਅਤੇ ਕਈਆਂ ਦੇ ਤਾਂ ਕੋਈ ਮਤਲਬ ਕਿਸੇ ਦੀ ਦਸਤਾਰ ਲੈ ਗਈ ਸੀ, ਕਿਸੇ ਦੇ ਕੋਈ ਸ਼ੂਜ਼ ਰਹਿ ਗਏ ਵਿੱਚ, ਉਦੋਂ ਹੀ ਇੱਕ ਬੀਬੀ ਵਿਚਾਰੀ ਉਹਦੇ ਵਿੱਚ ਰੁੜ ਗਈ ਸੀ ਬਈ। ਬਈ ਐਂ ਜਿਵੇਂ ਨਾ ਕੋਈ ਕੰਚ ਦੀ ਚੀਜ਼ ਟੁੱਟਦੀ ਹੋ ਨਾ, ਉੱਚੀ ਸਾਰੀ ਐਂ ਆਵਾਜ਼ ਆਉਂਦੀ ਹੈ, ਅਤੇ ਫਿਰ ਇੱਦਾਂ ਕਿਸੇ ਨਾ ਕਿਸੇ ਪਾਸੇ, ਹੁਣ ਪਤਾ ਨਹੀਂ ਲੱਗਦਾ ਕਿਹੜੇ ਪਾਸੇ ਟੁੱਟ ਰਿਹਾ, ਇੱਕ ਤਾਂ ਮਾੜਾ ਜਿਹਾ ਸਾਹਮਣੇ ਆ ਗਿਆ ਸੀਗਾ, ਫਿਰ ਇੱਦਾਂ ਇੱਦਾਂ ਭਾਫ਼ ਜਿਹੀ ਉੱਠਦੀ ਹੈ, ਪਟਾਕਾ ਜਿਹਾ ਪੈਂਦਾ, ਔਰ ਇਹ ਸਾਰੇ ਉੱਦਾਂ ਹੀ ਪਟਾਕਿਆਂ ਨਾਲ ਜਿਹੜੇ ਆ ਖੁਰੇ ਹੋਏ ਨਜ਼ਰ ਆ ਰਹੇ ਨੇ। ਤੇਰੀ ਨੂੰ ਬਈ ਡਿੱਗ ਪਿਆ ਸਾਰਾ ਹੀ, ਦੇਖੋ ਪਾਣੀ ਦੇਖਿਓ ਕਿੱਦਾਂ, ਓਏ ਹੋਏ ਹੋਏ, ਬਿਲਕੁਲ ਨੇੜੇ ਨਹੀਂ ਜਾ ਸਕਦੇ ਬਈ, ਬਿਲਕੁਲ ਨੇੜੇ ਗਏ, ਕਦੇ ਵੀ ਟੁੱਟ ਕੇ ਇਹ ਤੁਹਾਡੇ ਉੱਤੇ ਆ ਸਕਦਾ ਬਈ। ਹਿਸਾਬ ਲਾ ਲਓ 20 ਮੰਜ਼ਿਲ ਇੱਕ ਇਮਾਰਤ ਟੁੱਟ ਰਹੀ ਹੈ, ਇੱਦਾਂ ਦਾ ਸੀਨ ਹੈ। ਇੱਥੇ ਆ ਗਏ ਅਤੇ ਇੱਥੇ ਬਿਲਕੁਲ ਐਂਡ ਆ ਗਿਆ, ਖਤਮ ਹੋ ਗਿਆ ਇੱਥੇ, ਸੋ ਇਸ ਤੋਂ ਅੱਗੇ ਨਹੀਂ ਜਾ ਸਕਦੇ, ਇਹ ਬਿਲਕੁਲ ਲਾਸਟ ਪੁਆਇੰਟ ਹੈ ਇਹਨੂੰ ਦੇਖਣ ਦਾ। ਉੱਦਾਂ ਇਹਨਾਂ ਨੇ 2-3 ਬਣਾਏ ਹੋਏ ਆ, ਜੇ ਪਰਾਂ ਨੂੰ ਚੱਲ ਜਾਂਗੇ ਆਪਾਂ ਥੋੜ੍ਹਾ ਪਰਲੇ ਪਾਸੇ ਉਹਨੂੰ ਦੇਖ ਲਾਂਗੇ, ਪਰ ਇਹ ਸੈਂਟਰ ਪੁਆਇੰਟ ਹੈ, ਇਹ ਸਭ ਤੋਂ ਵਧੀਆ ਮੰਨਿਆ ਜਾਂਦਾ, ਕਿਉਂਕਿ ਇੱਥੇ ਬਿਲਕੁਲ ਉੱਚੇ ਅਤੇ ਤੁਹਾਨੂੰ ਸਾਹਮਣੇ ਹੋ ਜਿਹੜਾ ਪੂਰਾ ਗਲੇਸ਼ੀਅਰ, ਦੂਰ ਤੱਕ ਪਹਾੜ ਨਜ਼ਰ ਆਉਂਦੇ ਆ। ਬਈ ਆਹ ਦੇਖਿਓ ਇਹਨਾਂ ਨੇ ਫੀਫਾ ਵਰਲਡ ਕੱਪ ਦੀ ਜਿਹੜੀ ਟਰੋਫੀ ਉਹ ਵੀ ਇੱਥੇ ਰੱਖ ਰੱਖੀ ਹੈ, ਚਾਹੋ ਤਾਂ ਤੁਸੀਂ ਇਹਦੇ ਨਾਲ ਫੋਟੋ ਕਰਾ ਸਕਦੇ ਹੋ ਇਹਨਾਂ ਤੋਂ ਹੀ। ਇੱਥੇ ਆ ਗਏ ਜਿੱਥੇ ਬੱਸ ਨੇ ਸਾਨੂੰ ਲਾਇਆ ਸੀਗਾ, ਇੱਥੇ ਬੱਸ ਆਊਗੀ ਅਤੇ ਉਹ ਲੈ ਕੇ ਜਾਊਗੀ ਬੋਟ ਰਾਈਡ ਲਈ। ਬਈ ਬੈਠੇ ਹੋਏ ਸੀਗੇ ਅਤੇ ਮੈਂ ਤਾਂ ਆਪਦੀ ਨੋਰਮਲ ਵੀਡੀਓ ਬਣਾ ਰਿਹਾ ਸੀ, ਉਹ ਮੈਨੂੰ ਲੱਗਦਾ ਪਤਾ ਨਹੀਂ ਬਾਏ ਕਰ ਰਹੀ ਸੀ,
ਹੱਥ ਹਿਲਾ ਰਹੀ ਸੀ ਵੈਸੇ ਹੀ, ਜਾਂ ਇਹ ਕਹਿ ਰਹੀ ਸੀ ਕਿ ਵੀ ਸਾਡੀ ਵੀਡੀਓ ਨਾ ਬਣਾ, ਪਰ ਖੁਸ਼ ਹੋ ਕੇ ਕਹਿ ਰਹੀ ਸੀ। ਚਲੋ ਕੋਈ ਨਹੀਂ, ਅਤੇ ਬੋਟ ਰਾਈਡ ਕਰਨ ਚੱਲਦੇ, ਉਹਦੇ ਲਈ ਮੈਂ ਜ਼ਿਆਦਾ ਐਕਸਾਈਟਡ ਹਾਂ। ਲਓ ਬਈ ਆ ਗਈ ਬੱਸ, ਇਸੇ ਬੱਸ 'ਤੇ ਅਸੀਂ ਆਏ ਸੀਗੇ, ਪੈਟ ਹੋ ਗਈਆਂ ਟ੍ਰੀਮ ਆਹੀ ਆ, ਹੈ ਨਾ। ਚਲੋ ਚੱਲੀਏ ਹੁਣ। ਲਓ ਬਈ ਬੱਸ ਜਾ ਕੇ, ਅਤੇ ਆਉਂਦੇ ਹੀ ਇਹ ਫੜਾ ਗਏ ਟਿਕਟ, ਇਹ ਬੋਟ ਦੀ ਟਿਕਟ ਆ। ਪਹੁੰਚ ਗਏ ਆਪਾਂ ਬੋਟ ਵਾਲੇ ਟਰਮੀਨਲ 'ਤੇ, ਅਤੇ ਬੋਟ ਦੀ ਟਿਕਟ ਅਲੱਗ ਤੋਂ $15 ਦੀ ਆ, ਜਿਹੜੀ ਅਸੀਂ ਤਾਂ ਪਹਿਲਾਂ ਹੀ ਬੁੱਕ ਕਰ ਰੱਖੀ ਸੀਗੀ। ਚਲੋ ਹੁਣ ਬੋਟ ਰਾਈਡ ਦਾ ਆਨੰਦ ਲੈ ਕੇ ਆਉਂਦੇ ਹਾਂ। ਹੁਣ ਆਪਾਂ ਬਿਲਕੁਲ ਥੱਲੇ ਜਾ ਰਹੇ ਹਾਂ ਜਿੱਥੇ ਆ ਬੋਟ ਟਰਮੀਨਲ ਜਿਹਾ ਬਣਿਆ ਹੋਇਆ, ਅਤੇ ਆਹ ਦੇਖੋ ਆਈਸਬਰਗ, ਉੱਤੋਂ ਦੇਖੋ ਕਿਵੇਂ ਛੋਟੇ ਛੋਟੇ ਦਾ ਬਰਫ਼ ਦੇ ਟੁਕੜੇ ਲੱਗ ਰਹੇ ਸੀ, ਔਰ ਇੱਥੇ ਦੇਖੋ ਕਿੰਨੇ ਵੱਡੇ ਲੱਗ ਰਹੇ ਆ। ਹੁਣ ਤੁਸੀਂ ਆਪ ਹੀ ਆਈਡੀਆ ਲਾ ਸਕਦੇ ਹੋ ਵੀ ਉਹ ਗਲੇਸ਼ੀਅਰ ਕਿੰਨਾ ਵੱਡੇ ਹੋਣਗੇ। ਦੂਰ ਨਹੀਂ ਆਏ ਸੀ, ਉਹ ਉੱਥੇ ਸੀਗੇ ਪਹਿਲਾਂ, ਅਤੇ ਹੁਣ ਆਪਾਂ ਇੱਧਰ ਆ ਗਏ ਹਾਂ। ਬਈ ਦੇਖੋ ਇੱਧਰਲੇ ਪਾਸੇ ਵੀ ਨਾ ਪਹਾੜ ਬੜਾ ਸੋਹਣਾ ਲੱਗ ਰਿਹਾ, ਪਰ ਇੱਧਰ ਕੋਈ ਵੀ ਦੇਖ ਹੀ ਨਹੀਂ ਰਿਹਾ, ਲੱਗ ਰਿਹਾ ਸੋਹਣਾ। ਅਤੇ ਆਹ ਪਰ ਇਹਦਾ ਤਾਂ ਯਾਰ ਨਜ਼ਾਰੇ ਹੀ ਵੱਖਰੇ ਆ। ਚਲੋ ਹੁਣ ਦੇਖਦੇ ਹਾਂ ਬੋਟ ਕਿੱਥੋਂ ਤੱਕ ਲੈ ਕੇ ਜਾਊਗੀ। ਇਹ ਆਖਰੀ ਮਤਲਬ ਬੋਟ ਆ ਅੱਜ ਦੇ ਦਿਨ ਦੀ, 3:45 ਲਾਸਟ ਟਾਈਮ ਹੈ। ਹੁਣ ਆਪਾਂ ਥੋੜ੍ਹਾ ਕਲੋਜ਼ ਦੇਖਾਂਗੇ ਆਹ ਆਈਸਬਰਗ ਤਾਂ ਯਾਰ ਮੈਨੂੰ ਇੱਦਾਂ ਲੱਗਦਾ ਵੀ ਬਿਲਕੁਲ ਜੰਮ ਹੀ ਗਿਆ। ਹੈਲੋ, ਥੈਂਕ ਯੂ। ਚਲੋ ਜੀ, ਉੱਪਰ ਖੜਨੇ ਮੈਂ ਜ਼ਿਆਦਾ ਮਜ਼ਾ ਆਤਾ। ਹਾਂ ਬਾਈ, ਹਾਲੇ ਤਾਂ ਇਹਨਾਂ ਨੇ ਦਰਵਾਜ਼ੇ ਦਰਵੂਜੇ ਪਿੱਛੇ ਬੰਦ ਕਰਤੇ ਆ, ਦੇਖੋ ਪਿੱਛੇ ਬਾਈ ਨੇ ਬੰਦ ਕਰਤਾ ਦਰਵਾਜ਼ਾ, ਕਿ ਉੱਤੇ ਨਹੀਂ ਸ਼ਾਇਦ ਜਾ ਸਕਦਾ, ਪਰ ਉੱਤੇ ਜਾਏ ਬਿਨਾਂ ਤਾਂ ਕੋਈ ਨਜ਼ਾਰਾ ਨਹੀਂ, ਅੰਦਰੋਂ ਤਾਂ ਕੁਛ ਖਾਸ ਨਹੀਂ ਦਿਖ ਰਿਹਾ ਬਾਈ, ਕਿਉਂਕਿ ਆਹ ਸ਼ੀਸ਼ੇ ਬਹੁਤ ਜ਼ਿਆਦਾ ਗੰਦੇ ਹੋਏ ਵੇ ਆ। ਆ ਬਾਈ, ਬਾਈ ਨੇ ਖੋਲਤਾ ਅਤੇ ਬਾਈ ਨੇ ਪਹਿਲਾਂ ਹੀ ਆਵਾਜ਼ ਮਾਰਤੀ, ਬਾਈ ਕਹਿੰਦਾ ਆ ਜਾਓ ਬਾਈ ਉੱਤੇ ਅਤੇ ਲੁੱਟ ਲਓ ਨਜ਼ਾਰੇ ਬਾਈ ਸਾਹਿਬ। ਚਲੋ ਹੁਣ ਉੱਤੇ ਚੱਲਦੇ ਹਾਂ, ਬਾਕੀਆਂ ਨੂੰ ਬੈਠਣ ਦਿਓ ਗੋਰਿਆਂ ਨੂੰ ਥੱਲੇ। ਬਾਈ ਨੇ ਸਾਨੂੰ ਪਿੱਛੋਂ ਇਸ਼ਾਰਾ ਕਰਤਾ, ਕਹਿੰਦਾ ਆ ਜਾਓ ਆ ਜਾਓ, ਉਹਨਾਂ ਨੂੰ ਸੁਣੀ ਜਾਣ ਦਿਓ ਜੋ ਸੁਣ ਰਹੇ ਹੋ। ਹੁਣ ਜਾ ਰਹੇ ਆਪਾਂ ਬਿਲਕੁਲ ਉਹਦੇ ਨੇੜੇ ਗਲੇਸ਼ੀਅਰ ਦੇ, ਮਜ਼ਾ ਆਜੂਗਾ। ਪਹਿਲਾਂ ਆਪਾਂ ਉਹ ਉੱਥੇ ਸੀਗੇ, ਉੱਤੇ ਉਹ ਉੱਥੋਂ ਦੇਖ ਰਹੇ ਸੀਗੇ, ਅਤੇ ਹੁਣ ਦੇਖੋ ਹੁਣ ਲੱਗ ਰਿਹਾ ਵੀ ਗਲੇਸ਼ੀਅਰ ਵਾਕਈ ਵੱਡੇ ਆ। ਆਹ ਬਈ $45 ਦੇ ਵਿੱਚ ਸਿਰਫ ਆਹ ਦਿਖਾਉਣ ਲੈ ਕੇ ਆਇਆ ਬਾਈ, ਮਤਲਬ ਸਿਰਫ ਇੱਥੇ ਲਿਆ ਕੇ ਇੱਥੇ ਖਿੱਚ ਲਓ ਫੋਟੋਆਂ ਅਤੇ ਇੱਥੋਂ ਵਾਪਸ ਲੈ ਕੇ ਚਲਾ ਜਾਊਗਾ। ਇਹ ਤਾਂ ਬਈ ਮੈਨੂੰ ਲੱਗਦਾ ਕੋਈ ਨਾਇਗਰਾ ਫਾਲ ਦੀ ਰਾਈਡ ਵੀ ਇੰਨੀ ਨਹੀਂ ਹੋਣੀ ਜਿੰਨਾ ਕਿ ਮੈਂ ਪੜਿਆ, ਜਾਂ ਨਵਨਕੁਰ ਬਾਈ ਦੱਸ ਰਹੇ ਸੀ ਆਪਣੇ ਕਰੀ ਉਹ ਰਾਈਡ $20 ਦੀ, ਔਰ ਕਹਿੰਦੇ ਖਤਰਨਾਕ ਵੀ ਹੁੰਦੀ ਹੈ, ਇਹ ਤਾਂ ਕੁਛ ਵੀ ਨਹੀਂ ਹੈ ਬਾਈ। ਦੇਖੋ ਵੱਡੀ ਤਾਂ ਲੱਗ ਰਹੀ ਹੈ ਬਿਲਡਿੰਗ ਹੈ ਇੱਥੋਂ, ਮਤਲਬ ਬਿਲਡਿੰਗ ਕਹਿ ਰਹੇ, ਸੋਰੀ ਬਿਲਡਿੰਗ ਹੈ, ਬਿਲਡਿੰਗ ਲੱਗ ਰਿਹਾ ਕਿ 20-25 ਮੰਜ਼ਿਲਾ ਇਮਾਰਤ ਹੁੰਦਾ ਜਿਵੇਂ ਗਲੇਸ਼ੀਅਰ। ਹੁਣ ਕੈਮਰੇ 'ਚ ਬਹੁਤ ਵਾਈਡ ਕਰਕੇ ਦਿਖ ਰਿਹਾ ਹੋਊਗਾ, ਉੱਚਾ ਲੱਗ ਰਿਹਾ, ਲੱਗ ਰਿਹਾ ਪਹਾੜ ਦੇ ਅੱਧ 'ਚ ਹੀ ਪਹੁੰਚਿਆ। ਲੱਗ ਤਾਂ ਕਾਫੀ ਜ਼ਿਆਦਾ ਵਧੀਆ ਰਿਹਾ, ਪਰ 45 ਉਹ ਯਾਰ ਉਹ 63 ਆ ਗਿਆ, 63 ਆ ਜੀ, ਦੇਖੋ ਪਤਾ ਲੱਗ ਰਿਹਾ। ਆਹੋ ਦੇਖੋ ਉਹ ਹੈ ਨਹੀਂ ਸੀਗੀ ਬਈ, ਆਹ ਜਿਹੜੀ ਦਿਖ ਰਹੀ ਹੈ ਨਾ ਤੁਹਾਨੂੰ ਬਿਲਕੁਲ ਇੱਦਾਂ 63 ਆ ਗਈ ਜਿਹੜੀ, ਇਹ ਹੁਣ ਮਤਲਬ ਇੱਦਾਂ ਜਦੋਂ ਆਉਂਦੀ ਹੈ ਤਾਂ ਆਵਾਜ਼ ਆਉਂਦੀ ਹੈ, ਅਤੇ ਫਿਰ ਉਸ ਤੋਂ ਬਾਅਦ ਜੋ ਡਿੱਗਦਾ ਫਿਰ ਇੱਕ ਧਮਾਕਾ ਹੁੰਦਾ, ਕਲੋਜ਼ ਆ ਕੇ ਪਤਾ ਲੱਗਦਾ, ਉੱਦਾਂ ਨਹੀਂ ਪਤਾ ਲੱਗ ਰਿਹਾ ਸੀ। ਇਹ ਕਹਿ ਰਿਹਾ ਸੀਗਾ ਬਈ $45 ਦੇ ਹਿਸਾਬ ਨਾਲ ਬਿਲਕੁਲ ਵਰਤ ਨਹੀਂ ਹੈਗਾ, ਜਿੰਨਾ ਕਰ ਜਿੰਨਾ ਸਸਤਾ ਹੈ ਤਾਂ $5-4 ਦਾ ਹੋਣਾ ਚਾਹੀਦਾ। ਹੁਣ ਕੋਈ ਕਹੂਗਾ ਲੈ ਬਾਈ ਤੂੰ ਘੁੰਮ ਰਿਹਾ ਨਾਲੇ ਉਹ ਹੈ ਉਹ ਹੈ ਇਹ ਹੈ, ਮੈਂ ਇਹ ਨਹੀਂ ਕਹਿ ਰਿਹਾ ਬਈ, ਸਿਆਣੇ ਲੋਕ ਤਾਂ ਵੈਸੇ ਇੱਦਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ, ਪਰ ਹਰੇਕ ਚੀਜ਼ ਦਾ ਇੱਕ ਮੁੱਲ ਵੀ ਹੁੰਦਾ। ਹੁਣ ਕੋਈ ਚੀਜ਼ ਆ ਤੁਸੀਂ ਬਾਜ਼ਾਰ 'ਚ ਜਾ ਰਹੇ ਹੋ, ਤੁਹਾਨੂੰ ਪਤਾ ਵੀ ਇਸ ਚੀਜ਼ ਦਾ ਰੇਟ 100 ਹੈ, ਤੁਸੀਂ ਉਹਦੇ ਲਈ 10,000 ਰੁਪਏ ਨਹੀਂ ਕਰ ਸਕਦੇ, ਵੱਧ ਤੋਂ 150 ਕਰ ਦੋਗੇ, 200 ਕਰ ਦੋਗੇ, 250-300, 500 ਵੀ ਮੁਸ਼ਕਲ ਹੈ, ਪਰ ਹੋ ਸਕਦਾ ਕੋਈ ਵਿਰਲਾ ਕਰ ਦੇਵੇ। ਸੋ ਹਰੇਕ ਚੀਜ਼ ਦਾ ਰੇਟ ਹੁੰਦਾ ਬਈ, ਇੱਦਾਂ ਨਹੀਂ ਕਿ ਅੰਬਾਨੀ ਕੋਲ ਬਹੁਤ ਪੈਸੇ ਆ ਤਾਂ ਉਹ ਇੱਕ ਆਈਫੋਨ ਨੋਰਮਲ ਖਰੀਦਣ ਜਾਊਗਾ ਤਾਂ ਉਹਦੇ ਲਈ ਕਹੂਗਾ ਨਹੀਂ ਯਾਰ ਮੈਂ ਤਾਂ 1 ਕਰੋੜ ਹੀ ਦਊਂਗਾ ਬਈ, ਕਿਉਂਕਿ ਮੇਰੇ ਲਈ 1 ਕਰੋੜ ਹੀ 50,000 ਵਰਗਾ। ਸੋ ਇੱਦਾਂ ਨਹੀਂ ਹੋ ਸਕਦਾ। ਦੇਖੋ ਬਈ ਆਈਸਬਰਗ ਦੂਰੋਂ ਇੱਦਾਂ ਲੱਗ ਰਿਹਾ ਸੀਗਾ ਜਿਵੇਂ ਬਰਫ਼ ਦਾ ਡੋਂਗਾ ਰੱਖਿਆ ਹੋਇਆ ਫਰਿੱਜ 'ਚੋਂ ਕੱਢ ਕੇ, ਉੱਤੋਂ ਵੀ ਐਂ ਲੱਗ ਰਿਹਾ ਸੀ ਕਿੱਡਾ ਵੱਡਾ ਹੈ।
ਘੱਟੋ ਘੱਟ ਐਂ ਲਾ ਰਿਹਾ ਵੀ 100 ਫੁੱਟ ਤੋਂ ਜ਼ਿਆਦਾ ਇਹ ਹੀ ਹੋਣਾ। ਲਓ ਬਈ ਬੋਟ ਤੋਂ ਆ ਗਏ ਆਪਾਂ ਉੱਤਰ ਕੇ ਅਤੇ ਹੁਣ ਚੱਲਦੇ ਹਾਂ ਆਪਾਂ ਆਪਣੀ ਬੱਸ ਵਾਲੇ ਪਾਸੇ। ਬੋਟ ਟੂਰ ਹੋ ਗਿਆ ਖਤਮ ਅਤੇ ਆ ਗਏ ਹੁਣ ਚੱਲਦੇ ਹਾਂ ਆਪਾਂ ਬੱਸ ਵਾਲੇ ਪਾਸੇ। ਅਤੇ ਇਹ ਸੀਗਾ ਬਈ ਗਲੇਸ਼ੀਅਰ ਦਾ ਸ਼ਾਨਦਾਰ ਟੂਰ। ਦੇਖੋ ਗਲੇਸ਼ੀਅਰ ਦਾ ਜਿਹੜਾ ਟੂਰ ਹੈ ਉਹਦੇ ਲਈ ਅਤੇ ਕਿਤੇ ਕੁੱਲ 12,500 ਰੁਪਏ ਨਹੀਂ ਸੋਰੀ 12,500 ਨਹੀਂ ਇਹਦੇ ਵਿੱਚ ਇਨਕਲੂਡ ਸੀਗੇ ਆਹ ਵਾਲੇ 4,000 ਵੀ ਮਤਲਬ 8,000 8,500 ਠੀਕ ਕਹੂੰਗਾ ਮੈਂ ਉਹਦੇ ਲਈ ਮਤਲਬ ਵਰਥ ਕਹਿ ਸਕਦੇ ਹੋ ਕਾਫੀ ਵਧੀਆ ਪਰ ਆਹ ਵਾਲੇ ਤਾਂ ਬਿਲਕੁਲ ਵਰਥ ਨਹੀਂ ਹੈਗਾ ਬਈ 4,000 ਕੀ ਹੈ 25 ਮਿੰਟ ਦੀ ਰਾਈਡ ਕੁਛ ਵੀ ਨਹੀਂ ਉਹ ਤਾਂ ਉੱਤੋਂ ਵੀ ਦੇਖ ਗਿਆ ਸੀਗਾ ਜੇ ਕਿਤੇ ਆਓ ਤਾਂ ਬੋਟ ਰਾਈਡ ਲੈਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੈ ਅਤੇ ਉਹ ਲੈ ਸਕਦੇ ਹੋ 8,000 ਆਪਣੇ ਪਤਾ ਕਿਉਂ ਦੀ ਹੈ ਕਿਉਂ ਕਿਉਂ ਅਸੀਂ ਲੈ ਕੇ ਵੀ ਆਏ ਅਸੀਂ ਲੈ ਕੇ ਆਏ ਔਰ ਛੋੜਨੇ ਕੇ ਦੀ ਹੈ ਬਸ ਦਾ ਕਿਰਾਇਆ 8,000 ਦੀ ਹੈ ਹਾਂ ਉਹ 8,000 ਇੱਕ ਤਰ੍ਹਾਂ ਦਾ ਬੱਸ ਦਾ ਕਿਰਾਇਆ ਹੀ ਮੰਨ ਕੇ ਚੱਲੋ ਤੁਸੀਂ ਅਗਰ ਆਪਣੇ ਗਾੜੀ ਹੈ ਤਾਂ 8,000 ਵੀ ਨਹੀਂ ਲੱਗਣਗੇ ਹਾਂ ਤੁਸੀਂ ਜੇ ਤੁਸੀਂ 2-3 ਜਣੇ ਆਉਣੇ ਵੈਸੇ ਤਾਂ ਅਸੀਂ ਵੀ ਕਰ ਸਕਦੇ ਸੀਗੇ ਪਰ ਅਸੀਂ ਵੈਸੇ ਹੀ ਕੀਤੀ ਨਹੀਂ ਕਾਰ ਵੀ ਰੈਂਟ ਕਰ ਸਕਦੇ ਹਾਂ ਸੋ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੇਕਰ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਦੇ ਤਾਂ ਥੱਲੇ ਮੇਰੀ ਆਈਡੀ ਲਿਖੀ ਆ ਰਹੇਗੀ ਅਫੀਸ਼ੀਅਲ ਨਵਦੀਪ ਬਰਾੜ ਉੱਥੇ ਫੋਲੋ ਕਰ ਸਕਦੇ ਹੋ ਕਿਉਂਕਿ ਵੀ ਉੱਥੇ ਨਾ ਐਗਜੈਕਟ ਮੈਂ ਜਿਸ ਜਗ੍ਹਾ 'ਤੇ ਹੁੰਦਾ ਉੱਥੋਂ ਦੀਆਂ ਸਟੋਰੀਆਂ ਮਿਲਦੀਆਂ ਰਹਿੰਦੀਆਂ ਬਹੁਤੇ ਲੋਕ ਜਿਵੇਂ ਯੂਰਪ ਦੇ ਵਿੱਚ ਕਹਿ ਰਹੇ ਸੀ ਕਿ ਬਾਈ ਤੁਸੀਂ ਮਿਲੇ ਨਹੀਂ ਉਹਦਾ ਰੀਜ਼ਨ ਇਹ ਸੀਗਾ ਕਿ ਜਿਵੇਂ ਮੈਂ ਮੋਰੀਟਾਨੀਆ 'ਚ ਸੀਗਾ ਉੱਥੇ ਮੈਂ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਨੈੱਟ ਨਹੀਂ ਸੀਗਾ ਤਾਂ ਵੀਡੀਓ ਕੁਝ ਪਿੱਛੇ ਹੋ ਗਈਆਂ ਸੀਗੀਆਂ 5-7 ਦਿਨ ਉਹਦੇ ਕਰਕੇ ਥੋੜ੍ਹਾ ਜਿਹਾ ਅੱਗੇ ਪਿੱਛੇ ਹੋ ਜਾਂਦਾ ਤਾਂ ਕਰਕੇ ਇਸ ਇੰਸਟਾਗ੍ਰਾਮ 'ਤੇ ਲੇਟੈਸਟ ਅਪਡੇਟ ਲਈ ਤੁਸੀਂ ਜੁੜ ਸਕਦੇ ਹੋ। ਚੰਗਾ ਜੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।